ਕੰਮ ਤਾਂ ਬਹੁਤ ਘੱਟ ਆ ਜਿਹੜੇ ਹੋਏ ਆ ਸੋਲਿਡ ਵੇਸਟ ਦਾ, ਅਤੇ ਕਿਸੇ ਵੀ ਜਿਹੜੀ ਹੈਗੀ ਆ ਨਗਰ ਪਾਲਿਕਾ ਦਾ ਜਿਹੜਾ ਹੈਗਾ ਉਹ ਕੰਮ ਨਹੀਂ ਜਿਹੜਾ ਹੈਗਾ, ਜਿੰਨੀਆਂ ਵੀ ਅਸੀਂ ਦੇਖੇ ਸਾਰੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਸਾਰਿਆਂ ਦਾ ਲੈਗੇਸੀ ਵੇਸਟ ਦਾ ਜਾਂ ਜਿਹੜੇ ਜਿਹੜਾ ਹੈ ਪਿੰਡਾਂ ਵਿੱਚੋਂ ਜਿਹੜੇ ਹੈਗਾ ਇਕੱਠਾ ਕਰਨ ਦਾ ਜਾਂ ਜੋ ਵੀ ਰੂਲ ਜਾਂ ਉਹਨਾਂ ਦੀ ਹਜੇ ਜਿਹੜੀ ਹੈਗੀ ਆ ਕੰਪਲਾਇੰਸ ਨਹੀਂ ਹੋਈ, ਉਹਦੇ ਵਾਸਤੇ ਜਿਹੜੇ ਕਿਉਂਕਿ ਲਗਾਤਾਰ ਜਿਹੜੇ ਕੁਛ ਇਹੋ ਜਿਹੇ ਕੰਮ ਜਿਹੜੇ ਕਰਨੇ ਸੀਗੇ ਮਿਊਂਸੀਪਲ ਕਮੇਟੀਆਂ ਨੂੰ, ਜਿੱਦਾਂ ਜਿੰਨਾ ਚਿਰ ਉਹ ਨਹੀਂ ਕਰਦੇ ਉਹਨਾਂ ਚਿਰ ਉਹਨਾਂ ਨੂੰ ਜਿਹੜਾ ਇਨਵਾਇਰਮੈਂਟ ਕੰਪਨਸੇਸ਼ਨ ਪੈ ਰਿਹਾ ਤਕਰੀਬਨ 2.5 ਅਰਬ ਰੁਪਈਆ ਜੁਰਮਾਨਾ ਜਿਹੜਾ ਹੈਗਾ ਉਹ ਮਿਊਂਸੀਪਲ ਕਮੇਟੀਆਂ ਨੂੰ ਹੋ ਚੁੱਕਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਚਿਰ ਇਹ ਉਹਨੂੰ ਕਰਕੇ ਪੂਰਾ ਰਿਪੋਰਟ ਨਹੀਂ ਦਿੰਦੇ ਵੀ ਅਸੀਂ ਪੂਰਾ ਕਰ ਲਿਆ, ਉਹਨਾਂ ਚਿਰ ਉਹ ਜੁਰਮਾਨਾ ਹਟਣਾ ਨਹੀਂ। ਸੋ ਇਸ ਵਾਸਤੇ ਕੋਰਟ ਜਿਹੜੀ ਹੈਗੀ ਆ ਉਹ ਸਖਤੀ ਦੇ ਨਾਲ ਕਹਿ ਰਹੀ ਆ ਆਉਣ ਵਾਲੇ ਸਮੇਂ 'ਚ ਜ਼ਰੂਰ ਹੁਣ ਨਵੀਆਂ ਜਿਹੜੀਆਂ ਹੈਗੀਆਂ ਟਾਈਮਲਾਈਨਾਂ ਜਿਹੜੀਆਂ ਹੈਗੀਆਂ ਉਹ ਦੇ ਦਿੱਤੀਆਂ, ਜਿਹੜੇ ਕੰਮ ਨਹੀਂ ਹੋਏ ਤਾਂ ਉਹਨਾਂ ਤੱਕ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਇੰਨੇ ਅਗਲੀ ਡੇਟ ਤੱਕ ਅਸੀਂ ਇਹਨੂੰ ਪੂਰੇ ਕਰਾਂਗੇ।